ਪਹਿਲਾਂ ਦੀ ਜਿਹੜੀ ਲਾਈਫ ਸੀਗੀ ਉਹ ਟੋਟਲੀ ਡਿਫਰੈਂਟ ਸੀਗੀ, ਇੱਕ ਨੋਰਮਲ ਲਾਈਫ। 2012 ਸਪਟੈਂਬਰ ਦੇ ਵਿੱਚ ਇੱਕ ਇੰਸੀਡੈਂਟ ਇਹੋ ਜਿਹਾ ਹੋਇਆ ਜਿਹਦੇ ਵਿੱਚ ਲੋਅਰ ਬੋਡੀ ਪੈਰਲਾਈਜ਼ ਹੋ ਗਈ। ਚੇਂਜ ਮੈਂ ਹੁਣ ਕਹਿ ਪਾ ਰਿਹਾ ਵਾਂ 12 ਸਾਲ ਬਾਅਦ, ਉਸ ਟਾਈਮ ਅਗਰ ਮੈਂ ਗੱਲ ਕਰਾਂ ਉਸ ਟਾਈਮ ਦੀ ਤਾਂ ਖਤਮ ਹੋ ਗਈ ਸੀ। ਵੀਲਚੇਅਰ ਨੂੰ ਅਪਣਾਉਣ ਲਈ 1 ਈਅਰ ਲੱਗ ਗਿਆ, ਅਤੇ ਬਟ ਜਦ ਵੀ ਅਪਣਾਈ ਗਈ ਫਿਰ ਉਸ ਤੋਂ ਬਾਅਦ ਦੁਬਾਰਾ ਲਾਈਨ 'ਤੇ ਪਟਰੀ 'ਤੇ ਲਾਈਫ ਆਉਂਦੀ ਗਈ। ਸੋ ਹੁਣ ਮੇਰੇ ਵਰਗੇ ਪਤਾ ਹੀ ਨਹੀਂ ਕਿੰਨੇ ਲੋਕ ਇਸੇ ਤਰ੍ਹਾਂ ਮੰਜਿਆਂ 'ਤੇ ਪਏ ਨੇ। ਮੈਂ ਔਰ ਮੇਰੀ ਵਾਈਫ ਨੇ ਮਿਲ ਕੇ ਅਸੀਂ ਪਲਾਨ ਕੀਤਾ ਕਿ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਸਟਾਰਟ ਕਰਾਂਗੇ। ਸੋ ਜਿਹਦੇ ਨਾਲ ਅਸੀਂ ਐਟਲੀਸਟ ਬੰਦੇ ਨੂੰ ਇੰਡੀਪੈਂਡੈਂਟ ਕਰ ਦਈਏ ਕਿ ਉਹ ਆਪਣੀ ਜ਼ਿੰਦਗੀ ਨੂੰ ਆਪ ਜੀਅ ਸਕੇ। ਹੋਸਪਿਟਲ ਦੇ ਵਿੱਚ ਮੇਰੀ ਵਾਈਫ ਨਾਲ ਮੁਲਾਕਾਤ ਹੋਈ ਸੀਗੀ, ਅਸੀਂ ਅੱਛੇ ਦੋਸਤ ਬਣੇ। ਬਾਅਦ ਵਿੱਚ ਅਸੀਂ 2016 ਦੇ ਵਿੱਚ ਅਸੀਂ ਵਿਆਹ ਕਰਾਇਆ। ਸੋ ਲੱਕੀਲੀ ਹੁਣ ਮੇਰੇ ਘਰ ਟਵਿੰਸ ਬੇਬੀ ਹੋਏ ਹੈ। ਠੀਕ ਹੈ, ਫੈਮਲੀ ਦੀ ਸਪੋਰਟ ਮਿਲ ਜਾਂਦੀ ਹੈ ਤਾਂ ਉਹ ਜ਼ਿਆਦਾ ਵਧੀਆ ਹੋ ਜਾਂਦਾ ਕਿ ਬੰਦੇ ਦਾ ਥੋੜ੍ਹਾ ਹੌਸਲਾ ਹੋਰ ਵੱਧ ਜਾਂਦਾ। ਪਹਿਲਾਂ ਤਾਂ ਇਹੀ ਆਉਂਦਾ ਸੀਗਾ ਕਿ ਯਾਰ ਛੱਡ ਪਹਿਲਾਂ, ਮਤਲਬ ਜਿਹੜੇ ਮੇਰੇ ਘਰ ਦੇ 3 ਜਣੇ ਮੇਰੇ 'ਤੇ ਬਿਜ਼ੀ ਹੋਏ ਨੇ, ਮੈਂ ਆਪਣੇ ਆਪ ਨੂੰ ਖਤਮ ਕਰਾਂ ਅਤੇ ਇਹਨਾਂ ਨੂੰ ਫ੍ਰੀ ਕਰਾਂ। ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਵੇ ਕਿ ਐਟਲੀਸਟ ਹਰ ਗੱਡੀ ਦੇ ਵਿੱਚ 2-4-10 ਕੋਲਰ ਲਗਾ ਦਿੱਤੇ ਜਾਣ ਕਿ ਅਗਰ ਕੋਈ ਐਕਸੀਡੈਂਟ ਰੱਬ ਨਾ ਕਰੇ ਹੁੰਦਾ ਵਾ ਤਾਂ ਉਸ ਬੰਦੇ ਨੂੰ ਪਹਿਲਾਂ ਗਲੇ 'ਤੇ ਕੋਲਰ ਲਗਾਇਆ ਜਾਵੇ, ਫਿਰ ਉਹਨੂੰ ਸਪਾਈਨ ਬੋਰਡ 'ਤੇ ਲਿਟਾ ਕੇ ਹੋਸਪਿਟਲ ਭੇਜਿਆ ਜਾਵੇ। 2012 ਤੋਂ ਪਹਿਲਾਂ ਦੀ ਜਿਹੜੀ ਲਾਈਫ ਸੀਗੀ ਉਹ ਟੋਟਲੀ ਡਿਫਰੈਂਟ ਸੀਗੀ, ਇੱਕ ਨੋਰਮਲ ਲਾਈਫ। ਸਵੇਰੇ ਉੱਠਣਾ, ਰੂਟੀਨ 'ਚ ਆਪਣਾ ਕੰਮ ਕਰਨੇ ਜਾਂ ਪੜ੍ਹਨਾ, ਜੋ ਵੀ ਰੂਟੀਨ ਲਾਈਫ ਸੀਗੀ ਉਹ ਚੱਲ ਰਹੀ ਸੀਗੀ। 2012 ਸਪਟੈਂਬਰ ਦੇ ਵਿੱਚ ਇੱਕ ਇੰਸੀਡੈਂਟ ਇਹੋ ਜਿਹਾ ਹੋਇਆ ਜਿਹਦੇ ਵਿੱਚ ਲੋਅਰ ਬੋਡੀ ਪੈਰਲਾਈਜ਼ ਹੋ ਗਈ, ਸਪਾਈਨ ਇੰਜਰੀ ਹੋ ਗਈ, ਐਂਡ ਲਾਈਫ ਟੋਟਲੀ ਚੇਂਜ ਹੋ ਗਈ। ਚੇਂਜ ਮੈਂ ਹੁਣ ਕਹਿ ਪਾ ਰਿਹਾ ਵਾਂ 12 ਸਾਲ ਬਾਅਦ, ਉਸ ਟਾਈਮ ਅਗਰ ਮੈਂ ਗੱਲ ਕਰਾਂ ਉਸ ਟਾਈਮ ਦੀ ਤਾਂ ਖਤਮ ਹੋ ਗਈ ਸੀਗੀ। ਕਿਉਂਕਿ ਇੱਕ ਚੱਲਦਾ ਫਿਰਦਾ ਇਨਸਾਨ ਜਦੋਂ ਵੀਲਚੇਅਰ 'ਤੇ ਆ ਜਾਵੇ ਜਾਂ ਉਹ ਕੰਡੀਸ਼ਨ ਦੇ ਵਿੱਚ ਆ ਜਾਵੇ ਕਿ ਉਹ ਦੁਬਾਰਾ ਨਹੀਂ ਚੱਲ ਸਕਦਾ, ਤਾਂ ਉਹ ਚੀਜ਼ਾਂ ਨੂੰ ਅਪਣਾਉਣਾ ਬਹੁਤ ਮੁਸ਼ਕਿਲ ਹੁੰਦਾ। ਮੈਨੂੰ ਟਾਈਮ ਲੱਗਿਆ, ਤਕਰੀਬਨ ਨੀਅਰ ਅਬਾਊਟ 1 ਈਅਰ ਲੱਗਿਆ ਵੀਲਚੇਅਰ 'ਤੇ ਆਉਣ ਲਈ, ਵੀਲਚੇਅਰ ਨੂੰ ਅਪਣਾਉਣ ਲਈ 1 ਈਅਰ ਲੱਗ ਗਿਆ। ਅਤੇ ਬਟ ਜਦ ਵੀ ਅਪਣਾਈ ਗਈ ਫਿਰ ਉਸ ਤੋਂ ਬਾਅਦ ਦੁਬਾਰਾ ਲਾਈਨ 'ਤੇ ਪਟਰੀ 'ਤੇ ਲਾਈਫ ਆਉਂਦੀ ਗਈ। ਸੋ ਹੁਣ ਤਾਂ ਯਾਦ ਵੀ ਨਹੀਂ ਆਉਂਦਾ ਕਿ ਉਹ ਟਾਈਮ ਵੀ ਸੀਗਾ। ਇੱਕ ਨਹੀਂ, ਬਹੁਤ ਔਖਾ ਲੱਗਦਾ ਜੀ, ਥੋੜਾ ਔਖਾ ਨਹੀਂ ਹੁੰਦਾ, ਕਿਉਂਕਿ ਜਿਹੜੀ ਸਪਾਈਨ ਇੰਜਰੀ ਹੈ ਨਾ, ਰੀੜ ਦੀ ਹੱਡੀ ਦੀ ਸੱਟ ਹੈ, ਇਹ ਇਕੱਲੇ ਜਿਹੜੇ ਬੰਦੇ ਦੇ ਲੱਗੀ ਉਹਦੀ ਨਹੀਂ ਹੈਗੀ, ਇਹ ਪੂਰੇ ਪਰਿਵਾਰ ਦੀ ਹੈ। ਕਿਉਂਕਿ ਜਿਹਦੇ ਰੀੜ ਦੀ ਹੱਡੀ ਦੀ ਸੱਟ ਲੱਗ ਗਈ ਹੈ ਉਹ ਕੰਪਲੀਟ ਹੁਣ ਬੈੱਡ 'ਤੇ ਆ ਜਾਂਦਾ, ਇਹਦੇ ਨਾਲ ਕਈ ਕੰਪਲੀਕੇਸ਼ਨਸ ਐਡ ਹੋ ਜਾਂਦੀਆਂ, ਯੂਰਨ ਦੀ ਪ੍ਰੋਬਲਮ ਐਡ ਹੋ ਜਾਂਦੀ ਹੈ, ਟੋਇਲਟ ਦੀ ਪ੍ਰੋਬਲਮ ਐਡ ਹੋ ਜਾਂਦੀ ਹੈ, ਬੈੱਡ ਸੋਰ ਹੋ ਜਾਂਦੇ ਨੇ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਫੈਮਲੀ ਵੀ ਸਮਝ ਨਹੀਂ ਪਾਉਂਦੀ, ਗਾਈਡੈਂਸ ਨਹੀਂ ਮਿਲ ਪਾਉਂਦੀ ਹੈਗੀ। ਫੈਮਲੀ ਜੇ ਮੈਂ ਗੱਲ ਕਰਾਂ ਨੋਰਮਲ ਮਿਡਲ ਕਲਾਸ ਫੈਮਲੀ ਹੈ ਤਾਂ ਉਹ ਆਪਣਾ ਸਭ ਕੁਝ ਵੇਚ ਵੱਟ ਕੇ ਇੱਕ ਟਾਈਮ ਆਉਂਦਾ ਕਿ ਖਤਮ ਹੋ ਜਾਂਦੀ ਹੈ, ਅਤੇ ਬੈੱਡ ਸੋਰ ਐਡੇ ਐਡੇ ਹੋ ਜਾਂਦੇ ਕਿ ਸਰਜਰੀਆਂ ਲਈ ਬੰਦੇ ਕੋਲ ਪੈਸੇ ਨਹੀਂ ਹੁੰਦੇ ਅਤੇ ਬੈੱਡ ਸੋਰ ਦੀ ਵਜ੍ਹਾ ਨਾਲ ਡੈਥ ਹੋ ਜਾਂਦੀ ਹੈ। ਸੋ ਪਰਿਵਾਰ ਦੇ ਅਗਰ ਮੈਂ ਕਹਿੰਦਾ 4 ਬੰਦੇ ਨੇ ਤਾਂ 4 ਬੰਦਿਆਂ ਦੇ ਵਿੱਚੋਂ 2 ਬੰਦੇ ਅਤੇ 3 ਬੰਦੇ ਉਹਨੂੰ ਸੰਭਾਲਣ 'ਚ ਹੀ ਲੱਗੇ ਹੁੰਦੇ, ਇੱਕ ਬੰਦਾ ਬੈੱਡ 'ਤੇ ਆ ਗਿਆ
ਤਿੰਨ ਬੰਦੇ ਉਹਨੂੰ ਚੱਕ ਰਹੇ ਆ, ਕਿਤੇ ਲਿਜਾ ਰਹੇ ਆ, ਮਤਲਬ ਫੈਮਿਲੀ ਇਨਕਮ ਖਤਮ, ਕੋਈ ਫੈਮਿਲੀ ਇਨਕਮ ਨਹੀਂ ਹੈ, ਕਿਤੇ ਉਹ ਜਾ ਨਹੀਂ ਸਕਦੇ ਹੈਗੇ, ਉਹਨੂੰ ਛੱਡ ਕੇ ਸਾਰਾ ਕੁਛ ਖਤਮ ਹੋ ਜਾਂਦਾ। ਪੁਆਇੰਟ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਹਰ ਜਦੋਂ ਸਾਰੇ ਦਰਵਾਜ਼ੇ ਬੰਦ ਹੁੰਦੇ ਕੋਈ ਨਾ ਕੋਈ ਦਰਵਾਜ਼ਾ ਖੁੱਲ੍ਹਾ ਹੁੰਦਾ। ਚੇਂਜਿੰਗ ਪੁਆਇੰਟ ਇਹ ਸੀਗਾ ਕਿ ਇੱਕ ਟਾਈਮ 'ਤੇ ਆ ਕੇ ਵੀਲਚੇਅਰ ਨੂੰ ਅਪਣਾਇਆ, ਵੀਲਚੇਅਰ ਨੂੰ ਅਪਣਾ ਕੇ ਆਪਣੀ ਲਾਈਫ ਨੂੰ ਦੁਬਾਰਾ ਸ਼ੁਰੂ ਕੀਤਾ। ਅਤੇ ਫਿਰ ਇਸ ਚੀਜ਼ ਦੇ ਉੱਤੇ ਸੀਗਾ ਕਿ ਮੇਰੇ ਵਰਗੇ ਪਤਾ ਹੀ ਨਹੀਂ ਕਿੰਨੇ ਲੋਕ ਇਸੇ ਤਰ੍ਹਾਂ ਮੰਜਿਆਂ 'ਤੇ ਪਏ ਨੇ, ਕੋਈ ਗਿਣਤੀ ਨਹੀਂ ਹੈਗੀ। ਅਗਰ ਮੈਂ ਗੱਲ ਕਰਾਂ ਕਿ ਹਜ਼ਾਰਾਂ ਲੋਕ ਸੱਟ ਦੇ ਨਾਲ ਮੰਜਿਆਂ 'ਤੇ ਪਏ ਹੈ, ਕੋਈ ਛੱਤ ਤੋਂ ਗਿਰ ਗਿਆ, ਕੋਈ ਮਿਸਤਰੀ ਹੈ ਪੈਡ ਤੋਂ ਗਿਰ ਗਿਆ, ਕੋਈ ਐਕਸੀਡੈਂਟ ਦੇ ਵਿੱਚ ਹੈ, ਕਿਸੇ ਨੂੰ ਕਰੰਟ ਲੱਗ ਗਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਤੇ ਨਾ ਕਿਤੇ। ਗੱਲ ਕਰੀਏ ਆਪਾਂ, ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇੱਕ ਇੱਕ ਦੋ ਦੋ ਜਾਣੇ ਚਾਰ ਚਾਰ ਜਾਣੇ ਪਏ ਨੇ ਗਾਈਡੈਂਸ ਨਾ ਆਉਣ ਦੀ ਵਜ੍ਹਾ ਨਾਲ। ਫਿਰ ਮੈਂ ਔਰ ਮੇਰੀ ਵਾਈਫ ਨੇ ਮਿਲ ਕੇ ਅਸੀਂ ਪਲਾਨ ਕੀਤਾ ਕਿ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਸਟਾਰਟ ਕਰਾਂਗੇ। ਸੋ ਜਿਹਦੇ ਨਾਲ ਅਸੀਂ ਐਟਲੀਸਟ ਬੰਦੇ ਨੂੰ ਇੰਡੀਪੈਂਡੈਂਟ ਕਰ ਦਈਏ ਕਿ ਉਹ ਆਪਣੀ ਜ਼ਿੰਦਗੀ ਨੂੰ ਆਪ ਜੀ ਸਕੇ। ਮੈਂ ਨਹੀਂ ਕਹਿੰਦਾ ਕਿ ਬਹੁਤ ਕਮਾਉਣ ਲੱਗ ਜਾਏ ਜਾਂ ਬਹੁਤ ਕੁਛ ਕਰਨ ਲੱਗ ਜਾਏ, ਬਟ ਜਿਹੜੇ ਫੈਮਿਲੀ ਦੇ ਚਾਰ ਮੈਂਬਰ ਹੈ ਉਹ ਜਿਹੜੇ ਤਿੰਨ ਇਹਨੂੰ ਸੰਭਾਲਣ 'ਚ ਲੱਗੇ, ਉਹ ਤਿੰਨ ਫ੍ਰੀ ਹੋ ਜਾਣਗੇ। ਫਿਰ ਉਹਨਾਂ ਨੂੰ ਇੱਕ ਨੂੰ ਸੰਭਾਲਣਾ ਜ਼ਿਆਦਾ ਸੌਖਾ ਰਹੇਗਾ ਕਿ ਉਹ ਜੇ ਚਾਰੋ ਬਿਜ਼ੀ ਨੇ ਉੱਤੇ, ਜਦੋਂ ਚਾਰੋ ਫ੍ਰੀ ਹੋ ਗਏ ਤਾਂ ਉਹ ਚੌਥਾ ਬੰਦਾ ਵੀ ਕੁਛ ਨਾ ਕੁਛ ਕਰਕੇ ਕਮਾਉਣ ਲੱਗ ਜਾਂਦਾ। ਨਹੀਂ, ਮੇਰੀ ਮੈਰਿਜ 2016 'ਚ ਹੋਈ ਹੈ, 2012 ਦੇ ਵਿੱਚ ਮੇਰੀ ਇੰਜਰੀ ਹੋਈ ਹੈ, 13 ਦੇ ਵਿੱਚ ਮੈਂ ਆਪਣੀ ਜਰਨੀ ਨੂੰ ਮਤਲਬ ਕਹਿ ਲਓ ਕਿ ਦੁਬਾਰਾ ਸਟਾਰਟ ਕਰ ਲਿਆ ਸੀ 13 ਐਂਡ ਦੇ ਵਿੱਚ। ਅਤੇ ਇੱਕ ਹੋਸਪਿਟਲ ਦੇ ਵਿੱਚ ਮੇਰੀ ਵਾਈਫ ਨਾਲ ਮੁਲਾਕਾਤ ਹੋਈ ਸੀਗੀ, ਅਸੀਂ ਅੱਛੇ ਦੋਸਤ ਬਣੇ। ਬਾਅਦ ਵਿੱਚ ਅਸੀਂ 2016 ਦੇ ਵਿੱਚ ਅਸੀਂ ਵਿਆਹ ਕਰਾਇਆ। ਸੋ ਲੱਕੀਲੀ ਹੁਣ ਮੇਰੇ ਘਰ ਟਵਿੰਸ ਬੇਬੀ ਹੋਏ ਹੈ ਰੀਸੈਂਟਲੀ, 2 ਮਹੀਨੇ ਪਹਿਲਾਂ। ਸੋ ਲਾਈਫ ਵਧੀਆ ਚੱਲ ਰਹੀ ਹੈ। ਫੈਮਿਲੀ ਤਾਂ ਅੱਜ ਵੀ ਨਹੀਂ ਮੰਨੀ ਜੀ, 8 ਸਾਲ ਹੋ ਗਏ। ਉਹਨਾਂ ਦੀ ਫੈਮਿਲੀ ਨੇ ਤਾਂ ਮਤਲਬ ਕਹਿ ਲਓ ਬਾਇਕਾਟ ਕੀਤਾ ਹੋਇਆ ਪੂਰੀ ਤਰ੍ਹਾਂ ਨਾਲ ਕਿ ਮੈਂ ਵੀਲਚੇਅਰ 'ਤੇ ਹਾਂ। ਸੋ ਠੀਕ ਹੈ, ਅਸੀਂ ਆਪਣੀ ਲਾਈਫ ਦੇ ਵਿੱਚ ਖੁਸ਼ ਹਾਂ, ਠੀਕ ਹੈ। ਅਸੀਂ ਇੱਕ ਦੂਜੇ ਨੂੰ ਮਤਲਬ ਆਪਣਾ ਪ੍ਰੋਪਰ ਜੋ ਟਾਈਮ ਸਾਨੂੰ ਚਾਹੀਦਾ ਇੱਕ ਦੂਜੇ ਨੂੰ ਦੇ ਪਾਉਂਦੇ ਹਾਂ, ਠੀਕ ਹੈ। ਫੈਮਿਲੀ ਦੀ ਸਪੋਰਟ ਮਿਲ ਜਾਂਦੀ ਹੈ ਤਾਂ ਉਹ ਜ਼ਿਆਦਾ ਵਧੀਆ ਹੋ ਜਾਂਦਾ ਕਿ ਬੰਦੇ ਦਾ ਥੋੜ੍ਹਾ ਹੌਸਲਾ ਹੋਰ ਵੱਧ ਜਾਂਦਾ। ਬਟ ਕਿਤੇ ਨਾ ਕਿਤੇ ਰਾਘਵ ਜੀ ਹੁੰਦਾ ਕਿ ਨਾ, ਮੇਰੇ ਕੋਲ ਬੜੇ ਕੇਸ ਆਉਂਦੇ ਨੇ ਇਹੋ ਜਿਹੇ ਕਿ ਰੀਸੈਂਟਲੀ ਮੈਰਿਜ ਹੋਈ ਹੁੰਦੀ ਹੈ, ਇੰਜਰੀ ਹੋ ਗਈ, ਪੇਰੈਂਟਸ ਕਹਿ ਦਿੰਦੇ ਨੇ ਜੀ ਅਸੀਂ ਕੁੜੀ ਨੂੰ ਵਾਪਸ ਲੈ ਜਾਂਦੇ ਹਾਂ, ਜਾਂ ਮੁੰਡਾ ਕਹਿ ਦਿੰਦਾ ਜੇ ਕੁੜੀ ਦੇ ਲੱਗ ਗਈ ਤਾਂ ਅਸੀਂ ਉਹਨੂੰ ਛੱਡ ਦਿੰਦੇ ਹਾਂ। ਮੈਂ ਸਮਝਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਉਹ ਜਿਹੜਾ ਲਾਈਫ ਪਾਰਟਨਰ ਦਾ ਸਾਥ ਹੈ ਨਾ, ਉਹ ਸਾਥ ਇੰਨਾ ਕੁ ਬੂਸਟਅਪ ਹੁੰਦਾ ਨਾ ਕਿ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹੋ ਔਰ ਲਾਈਫ ਬਹੁਤ ਵਧੀਆ ਸਮੂਥ ਅੱਗੇ ਵੱਧਦੀ ਰਹਿੰਦੀ ਹੈ। ਦੇਖੋ ਪੋਜ਼ਿਟਿਵ ਤਾਂ ਸਭ ਤੋਂ ਪਹਿਲਾਂ ਤਾਂ ਨੈਗੇਟਿਵਿਟੀ ਆਉਂਦੀ ਹੈ, ਪੋਜ਼ਿਟਿਵਿਟੀ ਤਾਂ ਬਾਅਦ 'ਚ ਹੀ ਆਉਂਦੀ ਹੈ। ਪਹਿਲਾਂ ਤਾਂ ਇਹੀ ਆਉਂਦਾ ਸੀਗਾ ਕਿ ਯਾਰ ਛੱਡ ਪਰਾਂ, ਮਤਲਬ ਜਿਹੜੇ ਮੇਰੇ ਘਰ ਦੇ 3 ਜਣੇ ਮੇਰੇ 'ਤੇ ਬਿਜ਼ੀ ਹੋਏ ਨੇ, ਮੈਂ ਆਪਣੇ ਆਪ ਨੂੰ ਖਤਮ ਕਰਾਂ ਅਤੇ ਇਹਨਾਂ ਨੂੰ ਫ੍ਰੀ ਕਰਾਂ। ਫਿਰ ਜਦੋਂ ਪੋਜ਼ਿਟਿਵਿਟੀ ਦੀ ਅਗਰ ਗੱਲ ਕਰੀਏ ਤਾਂ ਫਿਰ ਜਦੋਂ ਹਾਲਾਤ ਉਹ ਜਿਹੇ ਬਣ ਜਾਂਦੇ, ਫਿਰ ਬੰਦਾ ਕਹਿੰਦਾ ਯਾਰ ਇੱਕ ਵਾਰ ਤਾਂ ਕੋਈ ਗੱਲ ਨਹੀਂ, ਵੀਲਚੇਅਰ ਨੂੰ ਅਪਣਾ ਕੇ ਖੜ੍ਹੇ ਹੋ ਜਾਈਏ, ਫਿਰ ਬਾਅਦ 'ਚੋਂ ਦੇਖਾਂਗੇ ਠੀਕ ਹੋਣ ਦੀਆਂ ਗੱਲਾਂ। ਜਦੋਂ ਤੁਸੀਂ
ਕੰਮ ਦੇ ਵਿੱਚ ਬਿਜ਼ੀ ਹੋ ਜਾਂਦੇ ਹੋ ਨਾ, ਫਿਰ ਤੁਹਾਨੂੰ ਯਾਦ ਨਹੀਂ ਰਹਿੰਦਾ ਕਿ ਤੁਸੀਂ ਵੀਲਚੇਅਰ 'ਤੇ ਹੋ ਜਾਂ ਤੁਸੀਂ ਨੋਰਮਲ ਲਾਈਫ 'ਚ ਹੋ। ਅਤੇ 2013 ਇੱਕ ਐਸਾ ਟਾਈਮ ਸੀ ਮੇਰੇ ਲਈ ਕਿ ਮੈਂ ਕੰਮ ਲਈ ਵੀ ਤਰਸਿਆ ਵਾਂ, ਮੈਂ ਪੈਸਿਆਂ ਲਈ ਵੀ ਤਰਸਿਆ ਵਾਂ। ਅਤੇ ਅੱਜ 2024 ਦਾ ਇਹ ਟਾਈਮ ਹੈ ਕਿ ਟੱਚਵੁੱਡ ਮੇਰੇ ਕੋਲ 10-15 ਜਣੇ ਕੰਮ ਕਰਦੇ ਪਏ ਆ। ਮੈਂ 3 ਟਾਈਮ ਅਟੈਂਪਟ ਕੀਤਾ, ਸੋ ਨਹੀਂ ਹੋਇਆ, ਪਰਮਾਤਮਾ ਦੀ ਮਰਜ਼ੀ ਕੁਛ ਹੋਰ ਸੀ। ਬਟ ਉਹ ਬਹੁਤ ਟਫ ਟਾਈਮ ਸੀਗਾ। ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਕਿ ਮੈਨੂੰ ਇਹ ਸੀਗਾ ਕਿ ਮੈਨੂੰ ਨਹੀਂ, ਮੇਰੇ ਨਾਲ ਦੇ ਜਿੰਨੇ ਵੀ ਅਗਰ ਜੇ ਕੋਈ ਇਸ ਚੀਜ਼ ਤੋਂ ਸਫ਼ਰ ਕਰਦਾ ਨਾ, ਉਹ ਕਿਤੇ ਨਾ ਕਿਤੇ ਮਾਇੰਡ 'ਚ ਹੁੰਦਾ ਕਿ ਯਾਰ ਮਤਲਬ ਵੀ ਮੈਂ ਬਾਕੀਆਂ ਨੂੰ ਫ੍ਰੀ ਕਰ ਦੇਵਾਂ। ਪਰ ਉਹ ਮੇਰੀ ਸੋਚ ਬਿਲਕੁਲ ਗਲਤ ਸੀਗੀ ਉਹ, ਕਿ ਮਤਲਬ ਮੈਨੂੰ ਇਹ ਸੀਗਾ ਕਿ ਠੀਕ ਹੈ ਬਾਕੀਆਂ ਨੂੰ ਫ੍ਰੀ ਕਰਨ ਦੀ ਬਜਾਏ ਕਿਉਂ ਨਾ ਮੈਂ ਬਾਕੀਆਂ ਦਾ ਸਾਥ ਲੈ ਕੇ ਅੱਗੇ ਵੱਧ। ਸੋ ਬਾਅਦ ਵਿੱਚ ਉਹੀ ਹੋਇਆ ਕਿ ਮੈਂ ਫੈਮਿਲੀ ਦੀ ਸਪੋਰਟ ਲਈ, ਫਰੈਂਡਸ ਦੀ ਸਪੋਰਟ ਲਈ ਇੱਥੇ ਹਾਂ। ਬਿਲਕੁਲ ਹੈ ਜੀ, ਕਿਉਂਕਿ ਦੇਖੋ ਜਦ ਤੱਕ ਮੈਂ ਇਸ ਚੀਜ਼ ਨੂੰ ਫੀਲ ਨਹੀਂ ਕਰਾਂਗਾ ਨਾ ਕਿ ਉਹਦੀ ਪ੍ਰੋਬਲਮ ਕੀ ਹੈ, ਫਿਰ ਮੇਰੇ ਤੇ ਉਹਦੇ 'ਚ ਕੋਈ ਫਰਕ ਨਹੀਂ ਰਿਹਾ, ਕਿਉਂਕਿ ਫਿਰ ਤਾਂ ਮੇਰਾ ਬਿਜ਼ਨਸ ਮਾਈਂਡ ਹੋ ਗਿਆ। ਸੋ ਉਹ ਬਿਲਕੁਲ ਵੀ ਸਾਡਾ ਇੱਥੇ ਕੰਸੈਪਟ ਹੀ ਨਹੀਂ ਹੈਗਾ ਬਿਜ਼ਨਸ ਮਾਈਂਡ ਵਾਲਾ। ਸਾਡੀ ਇਹ ਕੋਸ਼ਿਸ਼ ਹੁੰਦੀ ਕਿ ਜੇ ਕੋਈ ਆਇਆ ਵਾ ਤਾਂ ਉਹ ਇਸ ਗੁਰਜੋਤ ਰਿਹਾਬ ਦੇ ਦਰਵਾਜ਼ੇ ਤੋਂ ਬਾਹਰ ਜਾ ਕੇ ਇਹ ਨਾ ਕਹੇ ਯਾਰ ਕਿ ਮੈਂ ਅੰਦਰ ਪੈਸੇ ਖਰਾਬ ਕਰੇ ਆ। ਸੋ ਕੋਸ਼ਿਸ਼ ਇਹ ਹੈ ਕਿ ਮਤਲਬ ਜਿੰਨਾ ਵੱਧ ਤੋਂ ਵੱਧ ਉਹਨੂੰ ਇੰਡੀਪੈਂਡੈਂਟ ਕਰ ਸਕੀਏ, ਜਿੰਨਾ ਵੱਧ ਤੋਂ ਵੱਧ ਉਹਨੂੰ ਰਿਕਵਰ ਕਰ ਸਕੀਏ, ਟੀਮ ਨੂੰ ਵੀ ਇਹੀ ਕਿਹਾ ਜਾਂਦਾ ਕਿ ਉਹ ਕੀਤਾ ਜਾਏ। ਖਾਸ ਮੈਸੇਜ ਮੈਂ ਇਹੀ ਕਹੂੰਗਾ ਕਿ ਕਿਸੇ ਵੀ ਤਰੀਕੇ ਦੀ ਹਿੰਮਤ ਨਾ ਛੱਡਣ, ਠੀਕ ਹੈ। ਕੋਸ਼ਿਸ਼ ਜਿਹੜੀ ਹੈ ਨਾ ਜਾਰੀ ਕਰਨੀ ਜ਼ਰੂਰੀ ਹੈ, ਠੀਕ ਹੈ। ਹਿੰਮਤ ਕਰਨ ਬੜੇ ਮੇਰੇ ਕੋਲ ਹੁਣੀ ਇੱਕ 3-4 ਦਿਨ ਪਹਿਲਾਂ ਕੇਸ ਆਇਆ ਹਿਮਾਚਲ ਤੋਂ, 8 ਸਾਲ ਉਸ ਲੜਕੇ ਨੇ ਬੈਠ ਕੇ ਨਹੀਂ ਦੇਖਿਆ। ਸੋ 8 ਸਾਲ ਬਾਅਦ ਮੇਰੇ ਯੂਟਿਊਬ ਚੈਨਲ ਤੋਂ ਕਿਤੇ ਉਹਨੇ ਕੋਈ ਮੇਰੀ ਵੀਡੀਓ ਦੇਖੀ ਤਾਂ ਉਹ ਆਪਣੇ ਫਾਦਰ ਨੂੰ ਕਹਿੰਦਾ ਮੈਨੂੰ ਬਿਠਾਓ। ਅਤੇ ਜਦੋਂ ਉਹਨਾਂ ਨੇ ਬਿਠਾਇਆ ਤਾਂ ਦੇ ਆਰ ਐਕਸਾਈਟਿਡ। ਫਿਰ ਉਹਦੇ ਫਾਦਰ ਮੈਨੂੰ ਇੱਥੇ ਮਿਲ ਕੇ ਮਿਲਣ ਲਈ ਆਏ ਕਾਲਕਾ ਹਿਮਾਚਲ ਤੋਂ। ਐਂਡ ਰਾਈਟ ਨਾਓ ਉਹ ਲੜਕਾ ਬਿਲਕੁਲ ਇੰਡੀਪੈਂਡੈਂਟਲੀ ਆਪਣੇ ਕੰਮ ਕਰ ਰਿਹਾ ਇਸ ਟਾਈਮ ਮੇਰੇ ਕੋਲ ਹੈ। ਮੇ ਬੀ ਸ਼ਾਇਦ 10 ਦਿਨ ਹੋਏ ਉਹਨੂੰ ਮੇਰੇ ਕੋਲ ਆਏ ਹੋਏ। 8 ਸਾਲ ਜਿਹਨੇ ਬੈੱਡ 'ਤੇ ਬਿਤਾ ਤੇ ਉਹ 10 ਦਿਨਾਂ ਦੇ ਵਿੱਚ ਇੰਡੀਪੈਂਡੈਂਟ ਲਾਈਫ ਦੇ ਵਿੱਚ ਵਾਪਸ ਆ ਰਹੇ ਆ। ਸੋ ਮੇਰੇ ਲਈ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਕਿ ਜਿਹਨੇ 8 ਸਾਲ ਇੱਕ ਕਮਰੇ 'ਚ 22 ਸਾਲ ਦਾ ਸੀਗਾ 30 ਸਾਲ ਦਾ ਹੋ ਗਿਆ। ਸੋ ਮੈਂ ਇਹੀ ਰਿਕੁਐਸਟ ਕਰੂੰਗਾ ਭੈਣਾਂ ਭਰਾਵਾਂ ਨੂੰ ਕਿ ਜਿਹੜੇ ਵੀ ਜਿੰਨਾ ਵੀ ਜਿਹੜੇ ਵੀ ਇਹ ਸਫ਼ਰ ਕਰ ਰਹੇ ਨੇ ਇਸ ਇੰਜਰੀ ਤੋਂ, ਆਪਣੀ ਹਿੰਮਤ ਪਹਿਲਾਂ ਆਪ ਕਰਨ। ਕੁਛ ਨਹੀਂ ਹੁੰਦਾ, ਬੜਿਆਂ ਦੇ ਮਾਇੰਡ ਦੇ ਵਿੱਚ ਹੈ ਕਿ ਜੀ ਸਾਡੇ ਨਾਲ ਸਕਰੂ ਪਏ ਹੋਏ ਅੰਦਰ ਰੀੜ੍ਹ ਦੀ ਹੱਡੀ ਦੇ ਵਿੱਚ ਇੰਪਲਾਂਟ ਪਿਆ ਹੁੰਦਾ, ਉਹ ਨਿਕਲ ਜੂਗਾ, ਖੁੱਲ ਜੂਗਾ, ਇਹੋ ਜਿਹਾ ਕੁਛ ਨਹੀਂ ਹੁੰਦਾ। ਕਿਉਂਕਿ ਡਾਕਟਰ ਨੇ ਉਹਨੂੰ ਹੱਡੀ ਦੇ ਵਿੱਚ ਫਿਕਸ ਕੀਤਾ, ਉਹ ਨਹੀਂ ਖੁੱਲਦੇ। ਤੁਸੀਂ ਆਪਣੀ ਹਿੰਮਤ ਕਰੋ, ਆਪਣੀ ਐਕਟੀਵਿਟੀਜ਼ ਕਰੋ, ਛੇਤੀ ਇੰਡੀਪੈਂਡੈਂਟ ਹੋ ਕੇ ਆਪਣੀ ਲਾਈਫ ਨੂੰ ਵਾਪਸ ਲੈ ਆਓ। ਨਹੀਂ, ਬਹੁਤ ਵਧੀਆ ਉਪਰਾਲਾ ਜੀ, ਜਿਹੜਾ ਇਹ SSF ਜਿਹੜਾ ਸਟਾਰਟ ਕੀਤਾ ਗਵਰਨਮੈਂਟ ਨੇ, ਬਹੁਤ ਵਧੀਆ ਹੈ। ਪਰ ਮੇਰੀ ਰਿਕੁਐਸਟ ਹੈ ਇੱਕ ਗਵਰਨਮੈਂਟ ਨੂੰ ਔਰ ਪੰਜਾਬ ਪੁਲਿਸ ਨੂੰ ਕਿ ਜਿਹੜੇ ਵੀ ਇਹਨਾਂ ਨੇ SSF ਦੀਆਂ ਗੱਡੀਆਂ ਪਾਈਆਂ ਨੇ, ਇਹਨਾਂ ਦੇ ਵਿੱਚ ਇੱਕ ਸਪਾਈਨ ਬੋਰਡ ਜ਼ਰੂਰ ਐਡ ਕਰਵਾਉਣ। ਕਿਉਂਕਿ ਜਦੋਂ ਵੀ ਐਕਸੀਡੈਂਟ ਹੁੰਦਾ ਵਾ, ਸਡਨਲੀ ਕੀ ਹੁੰਦਾ ਕਿ ਜੇ ਉਹਨੂੰ ਖਿੱਚ ਲਿਆ, ਕੱਢ ਲਿਆ ਅਤੇ ਬਿਠਾ ਕੇ ਲੈ ਗਏ,
80% ਮੈਂ ਕਹੂੰਗਾ ਕਿ ਐਕਸੀਡੈਂਟ ਰੀੜ੍ਹ ਦੀ ਹੱਡੀ ਦੇ ਜਿਹੜੇ ਕਾਰਨ ਬਣਦੇ ਉਹ ਬਿਠਾ ਕੇ ਲਿਜਾਣ ਨਾਲ ਬਣਦੇ ਆ। ਮਾਈਲਡ ਸੱਟ ਲੱਗੀ ਹੁੰਦੀ ਹੈ ਜੇ ਉਹਨੂੰ ਲਿਟਾ ਕੇ ਸਪਾਈਨ ਬੋਰਡ 'ਤੇ ਅਗਰ ਤੁਸੀਂ ਫੋਰਨ ਦੇ ਦੇਖੋਗੇ ਫੋਲੋ ਕਰੋਗੇ ਤਾਂ ਉਹ ਉਹਨੂੰ ਸਟ੍ਰੈਪ ਕਰਕੇ ਨਾ ਬੰਦੇ ਨੂੰ ਸਪਾਈਨ ਬੋਰਡ ਦੇ ਉੱਤੇ ਫਿਰ ਮੂਵ ਕਰਦੇ ਨੇ। ਪਰ ਇੱਥੇ ਕੀ ਹੁੰਦਾ ਕਿ ਸੱਟ ਲੱਗੀ ਉਹਨੂੰ ਚੱਕਿਆ ਅਤੇ ਸੀਟ 'ਤੇ ਬਿਠਾਇਆ ਅਤੇ ਲੈ ਗਏ। ਉਹ ਜਿਹੜੀ ਰੀੜ੍ਹ ਦੀ ਹੱਡੀ ਦਾ ਮਣਕਾ ਮਾੜਾ ਜਿਹਾ ਟੁੱਟਿਆ ਉਹ ਬੈਠਣ ਨਾਲ ਜ਼ਿਆਦਾ ਟੁੱਟ ਜਾਂਦਾ ਅਤੇ ਉਹ ਜਿਹੜਾ ਕੋਰਡ 'ਤੇ ਇਫੈਕਟ ਪਿਆ ਸੀ ਨਹੀਂ ਪਿਆ ਸੀਗਾ ਉਹ ਉਸ ਟਾਈਮ 'ਤੇ ਪੈ ਜਾਂਦਾ ਅਤੇ ਉਹ ਜਿੱਥੋਂ ਦੀ ਵੀ ਪਿਆ ਉੱਥੋਂ ਦਾ ਧੜ ਰੁਕ ਜਾਂਦਾ। ਬਹੁਤ ਜ਼ਿਆਦਾ ਚਾਂਸਿਸ ਹੋ ਜਾਂਦੇ ਆ ਕਿਉਂਕਿ ਬੇਸਿਕਲੀ ਤਾਂ ਇਹ ਹੁੰਦਾ ਵਾ ਕਿ ਅਗਰ ਐਕਸੀਡੈਂਟ ਪੁਆਇੰਟ 'ਤੇ ਫੋਰਸ ਪਹੁੰਚੀ ਹੈ ਤਾਂ ਐਟਲੀਸਟ ਉਹਨਾਂ ਕੋਲ ਇੱਕ ਸਪਾਈਨ ਬੋਰਡ ਇੱਕ ਕਾਲਰ, ਗੌਰਮੈਂਟ ਲਈ ਕੋਈ ਵੱਡੀ ਗੱਲ ਨਹੀਂ ਹੈ ਕਾਲਰ ਕਿਸੇ ਵੀ ਕੰਪਨੀ ਨੂੰ ਕਹਿ ਕੇ ਅਗਰ ਲੈ ਸਕਦੇ ਤਾਂ ਐਟਲੀਸਟ ਮਤਲਬ ਸੱਟ ਲੱਗੇ ਨਾ ਲੱਗੇ ਰੀੜ੍ਹ ਦੀ ਹੱਡੀ ਦੇ ਉਹਦੇ ਇਹ ਚੀਜ਼ਾਂ ਦੋ ਜ਼ਰੂਰ ਇਹਨਾਂ ਕੋਲ ਹੋਣ ਤਾਂ ਬਹੁਤ ਲੋਕ ਇਹ ਡਿਸੇਬਿਲਿਟੀ ਤੋਂ ਬਚ ਜਾਣਗੇ ਜਿਹੜੀ ਕਿ ਪਰਮਾਨੈਂਟ ਡਿਸੇਬਿਲਿਟੀ ਹੈ। ਸੋ ਮੇਰੀ ਰਿਕੁਐਸਟ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਪਲੀਜ਼ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਵੇ ਕਿ ਐਟਲੀਸਟ ਹਰ ਗੱਡੀ ਦੇ ਵਿੱਚ 2-4-10 ਕਾਲਰ ਰਖਾ ਦਿੱਤੇ ਜਾਣ ਕਿ ਅਗਰ ਕੋਈ ਐਕਸੀਡੈਂਟ ਰੱਬ ਨਾ ਕਰੇ ਹੁੰਦਾ ਵਾ ਤਾਂ ਉਸ ਬੰਦੇ ਨੂੰ ਪਹਿਲਾਂ ਗਲੇ 'ਤੇ ਕਾਲਰ ਲਗਾਇਆ ਜਾਵੇ ਫਿਰ ਉਹਨੂੰ ਸਪਾਈਨ ਬੋਰਡ 'ਤੇ ਲਿਟਾ ਕੇ ਹੋਸਪਿਟਲ ਭੇਜਿਆ ਜਾਵੇ।